लो भी मित्रों, अज आप पहुंचे हैं जगतार सिंह ढिल्लों को। साढ़े हारले दे बहुत वधिया राइडर है, पर अफसोस ना कहना पै रहा कि इन्होंने मोटरसाइकिल दिता वेच, तो हुण मोटरसाइकिल साढ़े आखे नहीं लगते, मोटरसाइकिल लेंदे नहीं गे। तो मैं बाई नूं कहा, मैं कहा हुण मोटरसाइकिल तां वेचता, तो जिहड़ी मोटरसाइकिल दी एक्सेसरी आ है ना, एक जैकेट आ, बूट आ, ग्लव्स आ, होर लटरम पटरम काफ़ी चीज़ा हैगियां, तो वह की करोंगे? ढिल्लो साहब नूं पुछदे आ ਵੀ ਸੈਸਰੀ ਦਾ ਕੀ ਕਰੋਗੇ? ਸੈਸਰੀ ਬਈ ਜੀ, ਆਪਣੇ ਘੋੜਿਆਂ ਵਾਲੇ ਜਿਹੜੇ ਮੁੰਡੇ ਹੈਗੇ ਆ, ਖਰਖਰਾ ਖੁਰਖਰਾ ਮਾਰਦੇ ਆ ਘੋੜਿਆਂ ਤੇ। ਅੱਛਾ। ਉਹ ਉਹਨਾਂ ਦੇ ਗਲਵਸ ਪਵਾ ਕੇ, ਸਰਦੀਆਂ 'ਚ ਜਾਕਟਾਂ ਪਵਾ ਕੇ, ਸ਼ੂਜ਼ ਹੈਗੇ ਆਪਣੇ ਕੋਲ ਜਿਹੜੇ ਹਾਰਲੇ ਦੇ, ਉਹ ਪਵਾਵਾਂਗੇ ਉਹਨਾਂ ਦੇ, ਤੇ ਆਪਾਂ ਤਾਂ ਚਾਹ ਲਾ ਲਿਆ ਹੁਣ ਹਾਰਲੇ ਦਾ। ਨਹੀਂ, ਹਾਰਲੇ ਦੀ ਬੇਇੱਜ਼ਤੀ ਨਾ ਹੋਊਗੀ, ਹਾਰਲੇ ਵਾਲੇ ਗੁੱਸਾ ਨਾ ਕਰਨਗੇ? ਨਹੀਂ, ਹਾਰਲੇ ਵਾਲਿਆਂ ਦਾ ਗੁੱਸਾ ਕਰ, ਮੈਂ ਮੋਟਰਸਾਈਕਲ ਹੀ ਤਾਂ ਵੇਚਿਆ। ਅੱਛਾ। ਜਿਹੜੇ ਬੰਦੇ ਨੇ ਮੋਟਰਸਾਈਕਲ ਵਕਾਏ ਵੀ ਇਹਨਾਂ ਦੇ, ਹਨਾ, ਹੁਣ ਤੁਸੀਂ ਲਾ ਲਓ, ਤੁਹਾਨੂੰ ਵੀ ਤਾਂ ਆਪਾਂ ਮੋਟੀਵੇਟ ਕੀਤਾ ਹੀ ਸੀਗਾ। ਹਾਂ, ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਹਾਰਲੇ ਚ ਆਏ ਆ, ਨਹੀਂ ਤਾਂ ਤੁਸੀਂ ਬੁਲਟ ਦੇ ਫੈਨ ਹੀ ਸੀਗੇ। ਹਾਂ, ਬੁਲਟਾਂ ਤੋਂ ਹਾਰਲੇ ਵਾਲੇ ਹੋ ਗਏ, ਬੁਲਟਾਂ ਤੋਂ ਹਾਰਲੇ ਵਾਲੇ ਤੁਸੀਂ ਹੋ ਗਏ, ਹੋਰ ਵੀ ਮਤਲਬ ਬੰਦੇ ਸੀਗੇ ਜਿਹੜੇ, ਪਰ ਇਹਨਾਂ ਨੇ ਯਾਰ ਐਵੇਂ ਕਦਰ ਜੀ ਨੀ ਪਾਈ ਯਾਰ, ਨਾਲ ਨੀ ਖੜਦੇ, ਨਾਲ ਨੀ। ਹੁਣ ਆਪਾਂ ਹੋਰ ਲਿਆਵਾਂਗੇ ਮੋਟਰਸਾਈਕਲ, ਕੋਈ ਹੋਰ ਲਿਆਉਣਾ? ਹਾਂ, ਹੁਣ ਹੁਣ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ, ਰੋਜ਼ ਵੀ ਕੋਈ ਨਾ ਕੋਈ ਹਾਰਲੇ ਵਕਾ ਦਾ ਮੈਂ, ਤੇ ਜਾਂ ਜਿਹਨੇ ਨਵਾਂ ਹਾਰਲੇ ਲੈਣਾ ਹੁੰਦਾ ਉਹਨੂੰ ਵੀ ਰੋਕੀਦਾ, ਉਹਨੂੰ ਵੀ ਨਹੀਂ ਲੈਣਾ ਤੂੰ, ਨਾ ਨਾ ਉਹਨੂੰ ਕਹੀਦਾ ਵੀ ਨਹੀਂ ਹਾਰਲੇ ਨਹੀਂ। ਉਹ ਮੋਟਰਸਾਈਕਲ ਤਾਂ ਚੰਗੇ ਆ ਹਾਰਲੇ ਦੇ, ਸੈੱਲ ਵੀ ਬਹੁਤ ਵੱਢਦੇ ਆ ਯਾਰ। ਨਹੀਂ, ਮੋਟਰਸਾਈਕਲ ਤਾਂ ਚੰਗੇ ਆ ਹਾਰਲੇ ਦੇ, ਮਜ਼ਬੂਤ ਆ, ਸੋਹਣੇ ਆ। ਨਹੀਂ, ਸੋਹਣੇ ਚੀਜ਼, ਸੋਹਣੀ ਚੀਜ਼ ਤਾਂ ਇਕੱਲੀ ਸ਼ਕਲ ਤੋਂ ਕੀ ਕਰਨਾ ਬਈ, ਹੈਂ, ਸੋਹਣੀਆਂ ਸ਼ਕਲਾਂ ਇਕੱਲੀਆਂ ਚੱਕੀ ਫਿਰ ਉਹਦੇ ਦਿਲ ਦੇ ਖੋਟੇ, ਉਹਦਾ ਕੀ ਫਾਇਦਾ? ਹੁਣ ਫਿਰ ਕਿਹੜਾ ਲਿਆਉਣਾ? ਹੁਣ ਕਰ ਰਹੇ ਹਾਂ ਪਲਾਨ, BMW ਜਾਂ ਕੋਈ ਦੇਖਦੇ ਹਾਂ ਹੋਰ। ਅੱਛਾ, ਠੀਕ ਆ। ਤੇ ਬੁਲਟ ਨਾਲ ਨਹੀਂ ਡੰਗ ਲੈਂਦਾ? ਬੁਲਟ ਨਾਲ ਯਾਰ ਡੰਗ ਲਾ ਤਾਂ ਲਵਾਂਗੇ, ਪਰ ਤੁਸੀਂ ਛਿੜਿਆ ਕਰੋਗੇ ਕੋਲ ਦੀ ਭਜਾ ਕੇ ਨੰਘਾਇਆ ਕਰੋਗੇ, ਜਾਂ ਵੇਖ ਲਓ ਜੇ ਤੁਸੀਂ ਨਹੀਂ ਭਜਾਉਂਦੇ ਕੋਲ ਦੀ ਨੰਘਾਉਂਦੇ, ਫਿਰ ਤਾਂ ਬੁਲਟ ਨਾਲ ਵੀ ਡੰਗ ਲਾ ਲਾਂਗੇ। ਨਹੀਂ, ਅਸੀਂ ਤਾਂ ਹੁਣ ਭਜਾਏ ਕਰਾਂਗੇ, ਜਦੋਂ ਹਾਰਲੇ ਦੀ ਕੰਨ ਮਰੋੜਿਆ ਕਰਾਂਗੇ, ਕਿਰਾਂ ਤਾਂ ਨੰਘ ਜਾ ਕਰੋ ਜਿਉਂ ਦੇਣੇ, ਕਿਉਂਕਿ ਜਿਹੜਾ ਮੋਟਰਸਾਈਕਲ ਵਾਲਾ ਕੀੜਾ ਏ, ਸ਼ਾਂਤ ਨਹੀਂ ਹੁੰਦਾ। ਨਹੀਂ, ਉਹ ਸ਼ਾਂਤ, ਹੁਣ ਸਾਈਕਲ ਰਾਈਡਿੰਗ ਕਰਦੇ ਆ ਸ਼ਾਮ ਨੂੰ, ਅੱਛਾ, 40-50 ਕਿਲੋਮੀਟਰ ਮਤਲਬ ਕਰ ਰਹੇ ਆ ਰੋਜ਼। ਅੱਛਾ। ਇੱਕ ਦੋ ਹੋਰ ਹੈਗੇ ਵੇਚਣ ਵਾਲੇ, ਉਹ ਵੀ ਵੇਚ ਦੇਣਗੇ। ਠੀਕ ਆ। ਉਹ ਬੰਦੇ ਆਪਣੀ ਗੱਲ ਪੂਰੀ ਮੰਨਦੇ ਆ, ਗਰੁੱਪ ਭੰਗ ਕਰ ਦੇਣਾ? ਗਰੁੱਪ ਨਹੀਂ, ਗਰੁੱਪ ਫਿਰ ਚੇਂਜ ਕਰ ਦਾਂਗੇ ਨਾ ਮੋਟਰਸਾਈਕਲ। ਅੱਛਾ। ਫਿਰ ਉਹ ਹੌਲੀ ਹੌਲੀ ਰਲਵੇਂ ਮਿਲਵੇਂ ਹੋ ਜਾਣਗੇ। ਹਾਂ, ਤੁਹਾਡਾ ਵਿਕਾ ਦਾਂਗੇ ਹੌਲੀ ਹੌਲੀ। ਮੈਂ ਨਹੀਂ ਵੇਚਦਾ। ਨਹੀਂ, ਤੂੰ ਤਾਂ ਲੈਂਦਾ ਵੀ ਨਹੀਂ ਸੀ, ਤੂੰ ਕਹਿੰਦਾ ਹੁੰਦਾ ਨਾ ਮੈਂ ਨੀ ਲੈਂਦਾ। ਸਹੀ ਗੱਲ ਆ, ਤੁਸੀਂ ਮਿਹਣੇ ਮਾਰ ਮਾਰ ਦਵਾਤਾ। ਬਸ ਮਿਹਣੇ ਮਾਰ ਮਾਰ ਵਿਕਾ ਦੇਣਾ ਅਸੀਂ। ਠੀਕ ਆ, ਕੋਈ ਹੋਰ ਲਵਾਂਗੇ। ਹੁਣ ਇੱਕੋ ਜਿਹੇ 10-12 ਮੋਟਰਸਾਈਕਲ ਲੈਣੇ ਆਪਾਂ ਇਕੱਠੇ, ਇਕੱਠਾ ਸੌਦਾ ਮਾਰਨਾ। ਫਿਰ ਹਾਰਲੇ ਦੀ ਏਜੰਸੀ ਦੇ ਮੂਹਰੇ ਜਾ ਕੇ ਰੇਸਾਂ ਮਾਰਿਆ ਕਰਾਂਗੇ। ਜਿੱਥੇ ਤੁਹਾਡਾ ਰਾਈਟ ਆ ਤੁਹਾਨੂੰ ਅੜਨਾ ਚਾਹੀਦਾ ਕਿ ਨਹੀਂ? ਆਪਣੇ ਸਿੱਧੂ ਸਾਹਿਬ ਉਹ ਤਾਂ ਨਹੀਂ ਵੇਚਦੇ ਹਾਰਲੇ, ਮੁੱਛਾਂ ਵਾਲਾ ਸਿੱਧੂ? ਸਿੱਧੂ ਵੇਚ ਦੂਗਾ ਜਦੋਂ ਆਪਾਂ ਕਹਾਂਗੇ ਯਾਰ। ਹੁਣ ਅਕਸਰ ਢੋਲਕੀ ਜੀ ਤਾਂ ਉਹਦੀ ਵੀ ਖੁੱਲ ਜਾਂਦੀ, ਤੁਰੇ ਜਾਂਦੇ ਯਾਰ। ਕਿੱਥੇ ਹੁਣ ਬੰਦੇ ਨਾਲ ਰਹਿੰਦੇ ਆ ਸਾਰੇ ਭਰਾ ਇਕੱਠੇ ਆ, ਹਨਾ, ਗੱਲ ਤਾਂ ਫਿਰ ਇੱਕ ਦੂਜੇ ਦੀ ਮੰਨਦੇ ਹੀ ਆ ਬੰਦੇ। ਇੱਕ ਟਾਇਰ ਮਹਿੰਗੇ ਕਰਤੇ ਪਤੰਦਰ ਵਾਲੇ, 1,00,000 ਰੁਪਏ ਦੇ ਟਾਇਰ ਆ ਯਾਰ ਦੋਨੇ। ਸਹੀ ਗੱਲ।
ਬਾਲਟੀ ਨਾਲ ਠੰਡਾ ਪਾਣੀ ਰੱਖ ਕੇ ਨਾ 20 ਕਿਲੋਮੀਟਰ ਚਲਾ ਕੇ ਤੇ ਨਾਲ ਦੀ ਨਾਲ ਮਾਰੇ ਪਾਣੀ ਠੰਡਾ ਪਾਣੀ ਪਾਉਣਾ ਠੰਡਾ ਪਾਣੀ ਟਾਇਰਾਂ ਤੇ ਪਾ ਦੇਣਾ ਨਾਲ ਦੀ ਨਾਲ ਪਾਣੀ ਮਹਿੰਗੇ ਟਾਇਰਾਂ ਤੋਂ ਜਿਹਨੇ ਬਚਣਾ ਹੈਗਾ ਵੀਹ ਹਜ਼ਾਰ ਤੇ ਪਾਣੀ ਪਾਉਣਾ ਹੈਗਾ ਹਰ ਰਾਈਡ ਤੇ ਅੱਛਾ 20 ਕਿਲੋਮੀਟਰ ਤੇ ਠੱਲ ਕੇ ਦੋ ਦੋ ਟਾਇਰਾਂ ਤੇ ਪਾਣੀ ਮਾਰੋ ਫਿਰ ਘੱਟ ਘੱਟਦੇ ਆ ਪਾਣੀ ਠੰਡਾ ਬਰਫ ਵਾਲਾ ਬਾਲਟੀ ਰੱਖਣੀ ਨਾਲ ਅੱਛਾ 20 ਕਿਲੋਮੀਟਰ ਜਦੋਂ ਮੋਟਰਸਾਈਕਲ ਚੱਲ ਗਿਆ ਖੜਾ ਕੇ ਪਾਣੀ ਮਾਰਦੇ ਤੇ ਬਾਲਟੀ ਅੜੂ ਨਾ ਨਾਲੇ ਟੱਕ ਪਾਊਗੀ ਮੋਟਰਸਾਈਕਲ ਦੇ ਨਹੀਂ ਨਹੀਂ ਉਹ ਬਾਲਟੀ ਫਿਰ ਨਾਲ ਰੱਖਣਾ ਜਿਹੜਾ ਉਹ ਜਿਹਨੇ ਟਾਇਰ ਬਚਾਉਣੇ ਆ ਉਹਨੇ ਰਾਈਡ ਕਿੰਨੀ ਕਰਨੀ ਉਹਨੇ ਰਾਈਡ ਵੀ 30-40 ਕਿਲੋਮੀਟਰ ਕਰਨੀ ਹੈ ਬਸ ਉਹ ਦੋ ਵਾਰੀ ਠੱਲਣਾ ਪੈਣਾ ਮੋਟਰਸਾਈਕਲ ਨੂੰ ਹਾਂ ਠੀਕ ਆ ਇਹ ਚੱਕਰ ਆ ਹੋਰ ਕੋਈ ਗੱਲਬਾਤ ਹੋਈ ਪੁੱਛਣੀ ਹੋਵੇ ਤਾਂ ਦੱਸ ਸਕਦੇ ਗੱਲਾਂ ਬਾਤਾਂ ਤਾਂ ਹੋ ਗਈਆਂ ਹੁਣ ਲਿਆਈਏ ਫਿਰ ਮੋਟਰਸਾਈਕਲ ਜਿਹੜਾ ਲਿਆਉਣਾ ਹੈਗਾ ਮੋਟਰਸਾਈਕਲ ਆਪਾਂ ਲੈ ਆਵਾਂਗੇ ਬਸ ਤੇ ਉਦੋਂ ਫਿਰ ਹਾਰਲੇ ਦੀ ਏਜੰਸੀ ਮੂਰੇ ਭੰਗੜਾ ਪਾਵਾਂਗੇ ਫਿਰ ਜਾ ਕੇ ਆ ਆਗੇ ਸ਼ਰੀਕ ਉਹ ਆਪਾਂ ਪਾਉਣਾ ਹੀ ਪਾਉਣਾ ਆਗੇ ਸ਼ਰੀਕ ਹੈ ਉਹ ਜ਼ਰੂਰੀ ਉਹ ਆਪਾਂ ਜਦੋਂ ਦਹੇ ਦੇ ਦਹੇ ਚੇਂਜ ਕਰਦੇ ਨਾ ਹਾਂ ਉਦੋਂ ਪਾਵਾਂਗੇ ਠੀਕ ਆ ਚਲੋ ਫਿਰ ਤਾਂ ਕਰਦੇ ਗੱਲਾਂ ਬਾਤਾਂ ਫਿਰ ਕਰਾਂਗੇ ਕਿਤੇ ਕੋਈ ਨਹੀਂ ਬਈ ਸਤਿ ਸ਼੍ਰੀ ਅਕਾਲ।